ਉੱਪਰ ਬਹਿਣ ਦਾ ਹੈ ਨਹੀਂ ਦਾ ਆਪਾਂ ਨੂੰ ਦੁੱਖ ਨਹੀਂ ਗਾ ਮਰੇ ਦਾ ਉੱਤੇ ਨਾ ਡਿੱਗ ਪਿਆ ਯਾਰ ਦੇਖੋ ਨਾ ਜਿਹੜਾ ਬੱਚੀ ਦਾ ਗਿਆ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਤੁਸੀਂ ਸਾਰੇ ਜਾਪਦੇ ਵਾਲੇ ਬੰਦੇ ਹੋ ਜਥੇਬੰਦੀ ਕਿਸੇ ਨਾਲ ਵੀ ਜੁੜੇ ਹੋਈਏ ਆਪਾਂ ਇਹ ਸਿੱਖਿਆ ਵੀ ਇੱਕ ਜਾਪਦਾ ਫਿਰ ਤੁਸੀਂ ਇੱਕ ਗੱਲ ਅੱਜ ਆਪਾਂ ਕਿਹੋ ਜਿਹੇ ਹਾਲਾਤ ਚ ਆਇਆ ਸਾਡਾ ਇੱਕ ਇੱਕ ਘਰ ਦਾ ਚਿਰਾਗ ਬੁਝਿਆ ਅੰਦਾਜ਼ਾ ਲਾ ਕੇ ਦੇਖੋ ਉਸ ਪਰਿਵਾਰ ਦੇ ਦਿਲ ਤੇ ਕੀ ਬੀਤਦੀ ਹੋਊਗੀ ਜਦੋਂ ਤੁਹਾਡਾ ਆਹ ਸਾਰਾ ਰੌਲਾ ਇੱਥੇ ਬੈਠਾ ਪਰਿਵਾਰ ਇਹ ਸੁਣਦਾ ਹੋਊਗਾ ਵੀ ਇਹ ਇਹੋ ਜਿਹੇ ਬੰਦੇ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਸਾਡੇ ਬੰਦੇ ਦੇ ਮਰੇ ਦੀ ਸਾਡੇ ਜਵਾਕ ਮਰੇ ਦੀ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਂ ਮਿਹਨਤ ਕਰਦਾ ਤੁਹਾਡੀ ਪਲੀਜ਼ ਇੱਕ ਤਾਂ ਬਹਿਣ ਦਾ ਬਲ ਸਿੱਖੀਏ ਆਪਾਂ ਕੋਈ ਫਰਕ ਨਹੀਂ ਪੈਂਦਾ ਬਹਿ ਜਾਓ ਕੀੜਿੱਕਾ ਬਹਿ ਜਾਓ ਥੱਲੇ ਬੈਠ ਜਾਓ ਸ਼ਾਬਾਸ਼ ਬਹਿ ਜਾਓ ਬੈਠੋ ਜੀ ਤੁਸੀਂ ਪ੍ਰਧਾਨ ਜੀ ਕੀ ਗੱਲ ਹੈ ਤੁਸੀਂ ਉਡੀਕਦੇ ਹੋ ਬੰਦਿਆਂ ਨੂੰ ਵਿਕਣ ਪਲੀਜ਼ ਬਿਠਾਓ ਸਾਰਿਆਂ ਨੂੰ ਬੈਠ ਜਾਓ ਮੇਰੇ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਮੈਂ ਮਿਹਨਤ ਕਰਦਾ ਤੁਹਾਡੀ ਬਹਿ ਜਾਓ ਚਲੋ ਦੇਖੋ ਦੋਸਤੋ ਗੱਲ ਇਹ ਹੈ ਅਸੀਂ ਅੱਜ ਤੁਹਾਡੇ ਵਿੱਚ ਉਹ ਪਰਿਵਾਰ ਆਇਆ ਜਿਨ੍ਹਾਂ ਦਾ ਬੱਚਾ ਗਿਆ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਦੇ ਕੋਲੇ ਬੈਠ ਕੇ ਦੋ ਬੇਟੇ ਬੋਲਣ ਦੀ ਹਿੰਮਤ ਹੀ ਨਹੀਂ ਰਹਿ ਗਈ ਤੁਸੀਂ ਮਹਾਰਾਜ ਐਂ ਹੁੰਦਾ ਆਪਣਾ ਸਾਰਿਆਂ ਦਾ ਵੈਸੇ ਫਰਜ਼ ਬਣਦਾ ਹੈ ਇਸ ਘੜੀ ਚ ਉਸ ਬਾਪ ਦੇ ਨਾਲ ਉਸ ਪਰਿਵਾਰ ਦੇ ਨਾਲ ਆਪਾਂ ਦੁੱਖ ਸਾਂਝਾ ਕਰਨਾ ਬਣਦਾ ਕਿ ਨਹੀਂ ਬਣਦਾ ਕਿਉਂ ਵੀ ਦੋਸਤੋ ਸਾਡੀ ਸਰਕਾਰ ਦੇ ਨਾਲ ਕੱਲ ਤੋਂ ਉੱਥੇ ਇਸ ਨੌਜਵਾਨ ਨੂੰ ਲੈ ਕੇ ਅਸੀਂ ਇਹ ਮੰਗ ਕੀਤੀ ਹੈ ਇਸ ਨੌਜਵਾਨ ਨੂੰ ਜਿਵੇਂ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਕਿ ਜੈ ਜਵਾਨ ਜੈ ਕਿਸਾਨ ਜੇ ਕਿਸਾਨ ਨੇ ਸਰਹੱਦ ਤੇ ਜਵਾਨ ਨੇ ਸਰਹੱਦ ਤੇ ਪਹਿਰਾ ਦੇ ਕੇ ਦੇਸ਼ ਦੀ ਪ੍ਰਭੂ ਸੱਤਾ ਨੂੰ ਬਚਾ ਕੇ ਰੱਖਿਆ ਤਾਂ ਦੂਜੇ ਪਾਸੇ ਆ ਕਿਸਾਨ ਤੇ ਕਿਸਾਨ ਦੇ ਬੱਚੇ ਨੇ ਫੂਡ ਸਿਕਿਉਰਿਟੀ ਦੀ ਸੁਰੱਖਿਆ ਕੀਤੀ ਆ ਉਹ ਇਹ ਦਿਨ ਦੂਰ ਨਹੀਂ ਬਹੁਤੇ ਕਿ ਅਸੀਂ ਕਹੀਏ ਬਹੁਤ ਲੰਬਾ ਸਮਾਂ ਹੋ ਗਿਆ ਬਹੁਤਿਆਂ ਨੇ ਉਹ ਕਣਕਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੀ ਰੋਟੀ ਨਹੀਂ ਸੀ ਪੱਕਦੀ ਔਰ ਆਪਾਂ ਇਹ ਭਾਰਤ ਦੇ ਲੋਕ ਉਹ ਰੋਟੀ ਖਾਂਦੇ ਰਹੇ ਨੇ ਮੰਗਤਿਆਂ ਦੀ ਤਰ੍ਹਾਂ ਇਹਨਾਂ ਦੇ ਹੱਥ ਚੋਂ ਠੂਠਾ ਛੁਡਾਇਆ ਤੁਸੀਂ ਕਿਸਾਨਾਂ ਨੇ ਮੇਰੀ ਦੋਸਤੋ ਅੱਜ ਹੱਥ ਜੋੜ ਕੇ ਬੇਨਤੀ ਆ ਅਸੀਂ ਮੰਗ ਕੀਤੀ ਹੈ ਸਰਕਾਰ ਤੋਂ ਕਿ ਜੇਕਰ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਹੈ ਤਾਂ ਜੇ ਜੋ ਇੱਕ ਸ਼ਹਾਦਤ ਹੋਣ ਤੇ ਇੱਕ ਜਵਾਨ ਨੂੰ ਸਹੂਲਤ ਦਿੱਤੀ ਜਾਂਦੀ ਹੈ ਭਾਵੇਂ ਸਾਡੇ ਬੱਚੇ ਨੇ ਬਹੁਤ ਔਖਾ ਹੈ ਤੀਆਂ ਪੁੱਤੋਂ ਵੀ ਸਾਡੇ ਨੇ
ਉਹਨਾਂ ਨਾਲ ਕੋਈ ਜੈਲਸੀ ਨਹੀਂ, ਉਹਨਾਂ ਨਾਲ ਕੋਈ ਸਾਡਾ ਅੰਦਰੋਂ ਇਹ ਨਹੀਂ ਭਾਵ ਕਿ ਅਸੀਂ ਉਹਨਾਂ ਨੂੰ ਕਿਉਂ ਮਿਲ ਰਿਹਾ। ਮੈਂ ਕਹਿੰਦਾ ਸਾਡੇ ਬੱਚੇ ਨੇ, ਕਿਹੜੇ ਕਾਰਪੋਰੇਟ ਦੇ ਜਵਾਕ ਆ ਜਿਹੜੇ ਫੌਜ 'ਚ ਜਾਂਦੇ ਨੇ ਜਾਂ ਪੁਲਿਸ 'ਚ ਜਾਂਦੇ ਹੈ, ਉਹ ਵੀ ਸਾਰੇ ਤੁਹਾਡੇ ਹੀ ਨੇ। ਕਿਸਾਨ ਤੇ ਮਜ਼ਦੂਰ ਦੇ ਬੱਚੇ ਉੱਥੇ ਜਾਂਦੇ ਆ, ਸੋ ਉਹਨਾਂ ਨੂੰ ਜੇਕਰ ਸਹੂਲਤ ਦੇਣ ਦੀ ਲੋੜ ਸਮਝਦੀ ਹੈ ਸਰਕਾਰ। ਹੈਲੋ, ਤਾਂ ਜੇਕਰ ਉਹ ਸਹੂਲਤ ਦੀ ਲੋੜ ਸਮਝਦੀ ਹੈ ਸਰਕਾਰ, ਤਾਂ ਜਿਹਨੇ ਦੇਸ਼ ਦੇ ਹੱਥ ਦੇ ਵਿੱਚੋਂ ਠੂਠਾ ਛਡਾ ਕੇ ਸੈਲਫ ਡਿਪੈਂਡੈਂਟ ਕੀਤਾ, ਆਤਮ ਨਿਰਭਰ ਕੀਤਾ, ਇਹਦੀ ਕੁਰਬਾਨੀ ਛੋਟੀ ਨਹੀਂ, ਬਹੁਤ ਵੱਡੀ ਕੁਰਬਾਨੀ ਆ। ਔਰ ਇਹ ਕਰਦੇ ਕਰਦੇ ਰੇਤਲੀਆਂ ਤੇ ਗੰਦੀਆਂ ਜ਼ਮੀਨਾਂ ਨੂੰ ਕਰਾ ਕਰਾ ਕੇ ਫਸਲ ਦੇਣ ਯੋਗ ਬਣਾਉਂਦੇ ਬਣਾਉਂਦੇ ਪਤਾ ਨਹੀਂ ਕਿੰਨੇ ਸਾਡੇ ਨੌਜਵਾਨ ਇਹਦੀ ਭੇਟ ਚੜੇ ਨੇ। ਇਹ ਐਵੇਂ ਨਹੀਂ ਸੈਲਫ ਡਿਪੈਂਡੈਂਟ ਹੋ ਗਿਆ ਦੇਸ਼, ਉਹਨਾਂ ਹਾਲਾਤਾਂ ਦੇ ਵਿੱਚੋਂ ਵੀ ਸਾਰਾ ਕੁਝ ਹੋਣ ਦੇ ਬਾਵਜੂਦ ਐਡੇ ਐਡੇ ਜੋਖਮ ਦੇ ਵਿੱਚ ਦੀ ਜਿਉਂ ਕੇ ਫਿਰ ਵੀ ਅਨਾਜ ਉਗਾਉਣਾ ਬੰਦ ਨਹੀਂ ਕੀਤਾ, ਭਾਵੇਂ ਜਿੰਨੇ ਮਰਜ਼ੀ ਔਖੇ ਹੋਏ, ਦਿਨ ਰਾਤ ਮਿਹਨਤਾਂ ਕੀਤੀਆਂ, ਭੰਡਾਰ ਭਰਤੇ, ਤੇ ਜਦੋਂ ਅੱਜ ਇਹਨਾਂ ਦੇ ਭੰਡਾਰ ਭਰੇ ਗਏ ਆ, ਅੱਜ ਇਹ ਭਰ ਗਲ ਗਏ। ਭਰਾਵੋ, ਮੇਰੀ ਬੇਨਤੀ ਆ, ਇਹ ਅਨਾਜ ਪੈਦਾ ਕਰਨਾ, ਮੇਰੀ ਆਵਾਜ਼ ਆਉਂਦੀ ਸਾਰਿਆਂ ਤੱਕ ਹੁਣ ਤਾਂ, ਇਹ ਅਨਾਜ ਪੈਦਾ ਕਰਨਾ ਸਾਡੀ ਤੇ ਤੁਹਾਡੀ ਲੋੜ ਨਹੀਂ ਸੀ। ਸਾਜ਼ਿਸ਼ਾਂ ਦੇ ਤਹਿਤ, ਨੀਤੀਆਂ ਦੇ ਤਹਿਤ ਲੋੜ ਸਰਕਾਰ ਦੀ ਸੀ ਅਨਾਜ ਪੈਦਾ ਕਰਵਾਉਣਾ, ਪਰ ਹਾਲਾਤ ਐਸੇ ਬਣਾਤੇ, ਕਾਰਪੋਰੇਟ ਲੋਕਾਂ ਦਾ ਗਲਬਾ ਬਣਾ ਕੇ ਖੇਤੀ ਦੇ ਉੱਤੇ, ਉਹਨਾਂ ਦੀ ਲੋੜ ਅੱਜ ਆ ਮੇਰੇ ਕਿਸਾਨ ਦੀ ਲੋੜ ਬਣੀ ਪਈ ਹੈ। ਅੱਜ ਕਿਸੇ ਕਿਸਾਨ ਨੂੰ ਤੁਸੀਂ ਇਹ ਕਹਿ ਦਿਓ ਕਿ ਭਾਈ ਖਾਦ ਘੱਟ ਪਾ, ਨਹੀਂ ਕਰ ਸਕਦਾ। ਕੀ ਖਿਆਲ ਆ, ਕਰ ਸਕਦਾ ਕਿਸਾਨ? ਨਹੀਂ ਕਰ ਸਕਦਾ ਨਾ। ਹੁਣ ਸੋਚੋ, ਉਹ ਜਿਹੜੇ ਅੱਜ ਕਹਿੰਦੇ ਨੇ ਔਰ ਜਿਹੜੇ ਕਹਿੰਦੇ ਨੇ ਕਿ ਆਰਗੈਨਿਕ ਖੇਤੀ ਲੈ ਕੇ ਆਉਣ ਦੀ ਲੋੜ ਹੈ, ਯਾਰ ਅਸੀਂ ਤਾਂ ਕਰਦੇ ਹੀ ਆਰਗੈਨਿਕ ਸੀ, ਅਸੀਂ ਕਦੋਂ ਅਸੀਂ ਖਾਦਾਂ ਪਾਉਂਦੇ ਸੀ? ਅਸੀਂ ਕੋਈ ਖਾਦਾਂ ਖੁਦਾਂ ਨਹੀਂ ਪਾਉਂਦੇ ਸੀ। ਠੀਕ ਹੈ, ਸਾਡੇ ਨਵੇਂ ਨੌਜਵਾਨਾਂ ਨੂੰ ਇਹ ਨਹੀਂ ਪਤਾ, ਜਿਹੜੇ ਮੇਰੀ ਉਮਰ ਦੇ ਬੈਠੇ ਨੇ ਤੁਹਾਡੇ 'ਚ, ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ, ਤੁਹਾਡੇ ਪਿੰਡਾਂ 'ਚ ਗ੍ਰਾਮ ਸੇਵਕ ਆਏ, ਗ੍ਰਾਮ ਸੇਵਕ ਆ ਕੇ ਕਿਹਾ ਕਿ ਆ ਥੋੜੀ ਜਿਹੀ ਖਾਦ ਪਾ ਕੇ ਦੇਖ। ਯਾਰ ਬਸ ਕਰ ਦਿਓ, ਬਿਸਲ ਜੀ ਵਜੋਂ ਬੰਦ ਕਰ ਦਿਓ। ਆ ਖਾਦ ਥੋੜੀ ਜਿਹੀ ਪਾ ਕੇ ਵੇਖ, ਸਾਡੇ ਕਿਸਾਨ ਨੇ ਉਹ ਪਾਈ। ਸਾਡੇ ਕਿਸਾਨ ਬਸ ਚੁੱਪ ਕਰ ਜਾਓ। ਹੁਣ ਦੇਖੋ, ਆਪਾਂ ਗੱਲ ਬੜੀ ਇੰਪੋਰਟੈਂਟ ਕਰਨ ਲੱਗੇ ਹਾਂ, ਗੱਲ ਇੰਪੋਰਟੈਂਟ ਕਰਨ ਲੱਗੇ ਹਾਂ। ਸਾਡੇ ਕਿਸਾਨ ਨੇ ਇਹਨਾਂ ਦਾ ਫਾਰਮੂਲਾ ਅਪਣਾ ਬੈਠਾ, ਉਹ ਖਾਦ ਪਾਉਣੀ ਸ਼ੁਰੂ ਕਰ ਲਈ, ਜਦੋਂ ਥੋੜਾ ਜਿਹਾ ਲਾਲਚ ਦਿੱਤਾ, ਝਾੜ ਵਧਦਾ ਵਧਦਾ
ਅਖੀਰ ਤੁਸੀਂ ਅੱਜ ਐਸੇ ਸਕੰਜੇ ਚ ਫਸੇ ਪਏ ਹੋ ਕਿ ਤੁਹਾਨੂੰ ਤੁਹਾਡੀ ਮਜਬੂਰੀ ਬਣੀ ਪਈ ਆ, ਖਾਦ ਘਟਾ ਨਹੀਂ ਸਕਦੇ। ਕੀ ਖਿਆਲ ਆ ਬੋਲਿਓ? ਠੀਕ ਹੈ ਜੀ, ਇਹੀ ਹੈ। ਹੁਣ ਤੁਹਾਡੀ ਲੁੱਟ ਇੱਥੇ ਹੀ ਹੋਈ ਹੈ, ਇੱਕ ਨੋਟ ਕਰਿਓ। ਜਿੱਦੇ ਤੁਹਾਡੀ ਫਸਲ ਨੂੰ ਕੀੜਾ ਪੈਣਾ ਸ਼ੁਰੂ ਹੋਇਆ, ਜਿੱਦੇ ਤੁਹਾਡੀ ਫਸਲ ਨੂੰ ਕੀੜਾ ਪੈਣਾ ਸ਼ੁਰੂ ਹੋਇਆ, ਇਹਨਾਂ ਦੇ ਐਕਸਪਰਟ ਉਦੋਂ ਵੀ ਜਿਉਂਦੇ ਸੀ। ਕਿਸੇ ਐਕਸਪਰਟ ਨੇ ਤੁਹਾਨੂੰ ਇਹ ਨਹੀਂ ਕਿਹਾ ਕਿ ਭਾਈ ਖਾਦ ਘਟਾ ਦਿਓ, ਨਾਈਟ੍ਰੋਜਨ ਘਟਾ ਦਿਓ, ਜੇ ਨਾਈਟ੍ਰੋਜਨ ਘਟਾ ਦਿਓਗੇ ਕੀੜਾ ਨਹੀਂ ਪੈਗਾ, ਕਿਸੇ ਨੇ ਕਿਹਾ ਪਹਿਲਾਂ? ਸਗੋਂ ਕੀ ਕਿਹਾ ਇਹਨਾਂ ਨੇ ਆਪਦੇ ਡਿਪਾਰਟਮੈਂਟਾਂ ਦੇ ਥਰੂ, ਤੁਹਾਨੂੰ ਸਬਸਿਡੀ ਤੇ ਸਪਰੇਹਾਂ ਪ੍ਰੋਵਾਈਡ ਕਰਵਾਈਆਂ ਜਾਂ ਨਹੀਂ ਕਰਵਾਈਆਂ, ਬੋਲ ਕੇ ਦੱਸਿਓ। ਕਰਵਾਈਆਂ ਨਾ? ਉਸ ਵੇਲੇ ਵਕਤ ਸੀ ਆਪਦੇ ਕਿਸਾਨ ਦੀ ਬਾਂਹ ਫੜਨ ਦਾ ਕਿ ਕੋਈ ਗੱਲ ਨੀ, ਫਸਲ ਥੋੜੀ ਹੁੰਦੀ ਹੈ, ਨਾ ਹੋਵੇ, ਤੁਸੀਂ ਕੋਈ ਸਪਰੇਅ ਨੀ ਕਰਨੀ, ਸਿਰਫ ਥੋੜੀ ਜਿਹੀ ਯੂਰੀਆ ਘਟਾ ਦਿਓ। ਲੇਕਿਨ ਲੋੜ ਸੀ ਭਰਾਵੋ ਸਰਕਾਰ ਦੀ, ਉਸ ਵੇਲੇ ਕਾਰਪੋਰੇਟ ਦੀ ਲੋੜ ਸੀ, ਉਹਦੇ ਚ ਅੱਗੇ ਤੁਹਾਡੀ ਲੁੱਟ ਕਿਵੇਂ ਹੋਈ? ਅੱਜ ਜਿਹੜਾ ਤੁਸੀਂ ਸਪਰੇਅ ਦਾ ਲੀਟਰ ਲੈਣ ਜਾਂਦੇ ਹੋ, ਜਿਹਦੇ ਉੱਤੇ ਉਹਦਾ ਰੇਟ 800 ਰੁਪਏ ਤੱਕ ਲਿਖਿਆ ਹੁੰਦਾ ਹੈ, ਪਰ ਮਿਲ ਕਿੰਨੇ ਦਾ ਜਾਂਦਾ ਹੈ? 225 ਦਾ, 250 ਦਾ। ਕੀ ਖਿਆਲ ਹੈ? ਮੇਰੀ ਗੱਲ ਨਾਲ ਸਹਿਮਤ ਹੋ? ਠੀਕ ਹੈ, ਗਲਤ ਹੈ? ਠੀਕ ਹੈ ਜੀ। ਮਿਲ ਜਾਂਦਾ ਹੈ, ਇਹਦਾ ਮਤਲਬ ਕਮਾਈ ਹਜੇ ਉਹਦੇ ਚ ਵੀ ਹੈ। ਤੁਹਾਨੂੰ ਲੁੱਟ ਕੇ, ਕਮਜ਼ੋਰ ਕਰਕੇ, ਤੁਹਾਡੇ ਸਿਰ ਕਰਜ਼ਾ ਚੜਾ ਕੇ, ਤੁਹਾਨੂੰ ਉਸ ਕਰਜ਼ੇ ਦੇ ਮੱਕੜ ਜਾਲ ਚ ਫਸਾ ਕੇ, ਤੁਹਾਡੇ ਕੋਲੋਂ ਫਸਲ ਪੈਦਾ ਕਰਵਾਉਣੀ ਸੀ ਭਰਾਵੋ, ਉਹ ਕਰਵਾਈ ਜਾ ਰਹੀ ਹੈ। ਬੜੇ ਗੰਭੀਰ ਮੁੱਦੇ ਨੇ, ਬੜੇ ਗੰਭੀਰ ਵਿਸ਼ੇ ਨੇ, ਕਿਸਾਨਾਂ ਨੂੰ ਬਹੁਤ ਗੰਭੀਰਤਾ ਨਾਲ ਸੋਚਣਾ ਪਏਗਾ। ਲੜਾਈਆਂ ਬੜੀਆਂ ਵੱਡੀਆਂ ਨੇ, ਮੈਂ ਜ਼ਿਆਦਾ ਸਮਾਂ, ਪਹਿਲੀ ਤਾਂ ਗੱਲ ਅੱਜ ਮੈਂ ਬੋਲਣ ਜੋਗਰਾ ਨਹੀਂ। ਮੇਰੀ ਅਰਜ਼ ਹੈ ਇੱਕ ਸੋਚ ਕੇ ਦੱਸੋ ਮੈਨੂੰ, ਸਾਰੇ ਜਿੰਨੇ ਇੱਥੇ ਨੌਜਵਾਨ ਖੜੇ, ਰੱਬ ਨੂੰ ਯਾਦ ਕਰਕੇ ਜੇ ਤਾਂ ਸਾਨੂੰ ਆਪਦਾ ਆਗੂ ਮੰਨਦੇ ਹੋ ਫਿਰ ਹੱਥ ਖੜਾ ਕਰਿਓ, ਨਹੀਂ ਤਾਂ ਨਾ ਕਰਿਓ। ਮੰਨਦੇ ਆ ਜੀ, ਮੰਨਦੇ ਆ ਆਗੂ ਤੁਹਾਨੂੰ। ਜੇ ਮੰਨਦੇ ਹੋ, ਇੱਕ ਮਿੰਟ ਰੁਕਿਓ, ਜੇ ਮੰਨਦੇ ਹੋ ਫਿਰ ਇੱਕ ਫਾਰਮੂਲੇ ਦਾ ਸਾਰਿਆਂ ਨੇ ਆਪਾਂ ਵੇਖਿਆ, ਅਜਮਾਇਆ ਨਾ, ਫਾਰਮੂਲਾ ਅਜਮਾਇਆ ਨਾ ਆਪਾਂ, ਫਾਰਮੂਲਾ 13 ਮਹੀਨੇ ਬੈਠ ਕੇ ਅਜਮਾ ਚੁੱਕੇ ਆ। ਤੁਸੀਂ ਉਦੋਂ ਵੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਹੈ, ਅੱਜ ਵੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਰਹੇ ਹੋ। ਤੁਹਾਡਾ ਅੰਦੋਲਨ ਅੱਜ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੇ ਅੰਦੋਲਨ ਤੇ ਬੋਲਿਆ ਗਿਆ, ਸਾਡੇ ਇਸ ਨੌਜਵਾਨ ਤੇ ਬੋਲਿਆ ਗਿਆ, ਜਿਹੜਾ ਸਾਡਾ ਅੱਜ ਨੌਜਵਾਨ ਸ਼ਹੀਦ ਹੋਇਆ, ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇਸਦਾ ਮੁੱਦਾ ਉੱਠ ਚੁੱਕਿਆ, ਯੂਐਨ ਦੇ ਵਿੱਚ ਇਹ ਗੱਲ ਜਾ ਚੁੱਕੀ ਆ। ਤੁਹਾਨੂੰ ਬਾਹਰ ਤੋਂ ਬਹੁਤ ਤਾਕਤ ਤੇ ਬਹੁਤ ਸਪੋਰਟ ਮਿਲਣੀ ਸ਼ੁਰੂ ਹੋਈ ਹੈ, ਲੇਕਿਨ ਅਗਲਿਆਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਕਰਨ ਵਾਲੇ ਸਾਬਤ ਕਰਨਾ ਹੈ। ਅੰਦੋਲਨ ਜਿੱਤਣਾ ਹੈ, ਬੋਲਿਓ, ਜਿੱਤਣਾ ਹੈ ਨਾ? ਜੇ ਜਿੱਤਣਾ ਹੈ ਤੁਹਾਡੇ ਆਗੂ ਲਕਸ਼ਮਣ ਰੇਖਾ ਖਿੱਚ ਦੇਣ, ਸਾਡਾ ਕੋਈ ਵੀ ਵਿਅਕਤੀ ਉਸ ਲਕਸ਼ਮਣ ਰੇਖਾ ਤੋਂ ਅੱਗੇ ਪਾਰ ਨਹੀਂ ਜਾਣਾ ਚਾਹੀਦਾ। ਦੇਖਾ ਭਲਾ ਮੈਂ ਮੋਰਚੇ ਨੂੰ ਕੋਈ ਹਰਾ ਕੇ ਵਿਖਾਵੇ? ਜਿੱਤਾਂਗੇ,
ਤੁਹਾਡੇ ਨਾਲ ਗਰੰਟੀ ਨਾਲ ਗੱਲ ਕਰਦਾ 200% ਜਿੱਤਾਂਗੇ। ਸੋ ਇਸ ਮੋਰਚੇ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ ਮਿੱਤਰੋ। ਕਿਉਂ ਜਿੱਤਣਾ ਜ਼ਰੂਰੀ ਹੈ? ਅੱਜ ਸਾਡਾ ਉਹ ਚੱਲੂਗਾ ਬਾਈ ਤੇਰਾ ਇਹ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਦੇਖੋ ਹਾਂ ਸਾਰੇ ਆਗੂਆਂ ਨੇ ਜਾਣਾ, ਪਨੀਰ ਸਾਹਿਬ ਆਏ ਨੇ। ਇੱਕ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਇੰਨੀ ਬੋਲਣ ਦੀ ਕਪੈਸਿਟੀ ਚ ਨਹੀਂ ਹਾਂ। ਇਹਨਾਂ ਵਿਸ਼ਿਆਂ ਤੇ ਅਗਰ ਗੱਲ ਕਰਨੀ ਹੋਵੇ, 3-3 ਘੰਟੇ ਬਹਿ ਕੇ ਖੜ ਕੇ ਬੋਲ ਕੇ ਇਹ ਰਿਜ਼ਲਟ ਕੱਢ ਸਕਦੇ ਹਾਂ ਕਿ ਤੁਹਾਡੀ ਇਹ ਦਸ਼ਾ ਕਿਉਂ ਹੋਈ ਆ। ਬਹੁਤ ਲੋਕ ਕਹਿੰਦੇ ਨੇ, ਕੀ ਕਹਿੰਦੇ ਆ, ਇਹਨਾਂ ਨੇ ਕੁੜੀਆਂ ਦੇ ਵਿਆਹ ਤੇ ਖਰਚ ਕਰਤੇ, ਕੋਈ ਕਹਿੰਦਾ ਇਹਨਾਂ ਨੇ ਕੋਠੀਆਂ ਪਾਲੀਆਂ, ਕੋਈ ਕਹਿੰਦਾ ਇਹਨਾਂ ਨੇ ਸਕਾਰਪੀਓ ਲੈ ਲਈਆਂ, ਕੋਈ ਕਹਿੰਦਾ ਇਹਨਾਂ ਨੇ ਉਦੋਂ ਵੀ ਵੱਡੀਆਂ, ਇਹਨਾਂ ਨੇ ਕੀ ਉਹ ਗੱਡੀ ਦਾ ਨਾਂ ਲੈਂਦੇ ਆ ਜਿਹੜੀ ਬਾਹਲੀ ਵੱਡੀ ਹੁੰਦੀ ਆ, ਫੋਰਚੂਨਰ। ਮੈਂ ਇੰਨੇ ਪਿੰਡਾਂ ਚ ਗਿਆ, ਕਿਸੇ ਵੀ ਪਿੰਡ ਚੋਂ ਮੈਨੂੰ ਕਿਸੇ ਜੱਟ ਕੋਲੇ ਫੋਰਚੂਨਰ ਗੱਡੀ ਨਹੀਂ ਮਿਲੀ, ਲੇਕਿਨ ਪ੍ਰਚਾਰ ਕਰਨ ਵਾਲਿਆਂ ਨੇ ਪ੍ਰਚਾਰ ਤੁਹਾਡੇ ਖਿਲਾਫ ਕਰ ਰੱਖਿਆ। ਉਹ ਗੱਡੀਆਂ, ਉਹ ਸਭ ਕੁਛ ਤੁਹਾਡੇ ਕਰਜ਼ੇ ਦਾ ਕਾਰਨ ਨਹੀਂ ਹੈ, ਉਹਦੇ ਕਾਰਨ ਲਗਾਤਾਰ ਲੰਬੇ ਸਮੇਂ ਤੋਂ ਬਣੀਆਂ ਆਰਥਿਕ ਨੀਤੀਆਂ, ਜਿਹਦਾ ਨਿਸ਼ਾਨਾ ਹੈ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਲੋਕਾਂ ਦੇ ਕਬਜ਼ੇ ਜਾਣੀਆਂ ਚਾਹੀਦੀਆਂ, WTO ਵਰਗੇ ਸੰਸਥਾਵਾਂ ਦਾ ਨਿਸ਼ਾਨਾ ਹੈ, ਉਹਦੇ ਤੇ ਲੜਾਈ ਹੈ। ਇਹ ਲੜਾਈ ਛੋਟੀ ਨਹੀਂ ਹੈ, ਲੇਕਿਨ ਜਿੰਨਾ ਸਬਰ ਨਾਲ ਲੜੋਗੇ ਜਿੱਤਾਂਗੇ, ਅਵਸ਼ ਜਿੱਤਾਂਗੇ। ਸੋ ਮੈਨੂੰ ਵਿਸ਼ਵਾਸ ਦਿਵਾਓ, ਜਿੰਨੇ ਇੱਥੇ ਬੈਠੇ ਹੋ, ਕਸਮ ਖਾਓ ਮੇਰੀ ਕਿ ਅੱਗੇ ਤੋਂ ਕਦੇ ਵੀ ਆਗੂਆਂ ਦੀ ਲਕਸ਼ਮਣ ਰੇਖਾ ਪਾਰ ਨਹੀਂ ਕਰੋਗੇ। ਮੇਰੇ ਦੋਸਤੋ, ਅਗਰ ਇਸ ਗੱਲ ਤੇ ਆਪਾਂ ਚੱਲ ਪਏ, ਆਪਣਾ ਡਿਸਿਪਲਨ ਹੈ ਯਾਰ, ਆਪਾਂ ਇੱਕ ਡਿਸਿਪਲਿਨਡ ਫੋਰਸ ਹੈ, ਅਸੀਂ ਸਾਡਾ ਇੱਕ ਨੌਜਵਾਨ ਗਿਆ, ਉਹਦਾ ਜੋ ਅਸੀਂ ਸੰਸਕਾਰ ਕਰਨ ਦੀ ਪ੍ਰਕਿਰਿਆ ਕਰਨੀ ਸੀ, ਸਰਕਾਰ ਦੇ ਤੁਹਾਡਾ ਦਬਾਅ ਬਹੁਤ ਹੈ, ਅੱਜ ਤੱਕ ਕਿਸੇ ਕਿਸਾਨ ਅੰਦੋਲਨ ਦੇ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਸਰਕਾਰ ਨੂੰ, ਲੇਕਿਨ ਤੁਹਾਡੇ ਸ਼ਹੀਦ ਨੂੰ ਸਰਕਾਰ ਨੇ ਐਲਾਨ ਕਰਤਾ। ਤੇ ਜਿਸ ਤਰੀਕੇ ਦੇ ਨਾਲ ਅਸੀਂ ਦੂਸਰੇ ਸ਼ਹੀਦਾਂ ਨੂੰ 1 ਕਰੋੜ ਰੁਪਈਆ ਮੁਆਵਜ਼ਾ ਦਿੰਦੇ ਹਾਂ, ਇਹਨੂੰ ਵੀ ਉਸੇ ਤਰੀਕੇ ਦੇ ਨਾਲ ਮੁਆਵਜ਼ਾ ਦੇਵਾਂਗੇ। ਅਗਲੀ ਗੱਲ ਇਹ ਕਹਿਤੀ ਕਿ ਉਸ ਨੌਜਵਾਨ ਦੀ ਭੈਣ ਛੋਟੀ ਬੱਚੀ ਹੈ, ਉਹਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ, ਇਹ ਵੀ ਮੰਨ ਲਿਆ, ਪਰ ਗੱਲ ਮੁੱਕੀ ਨਹੀਂ। ਅਸੀਂ ਮੰਗ ਕਰਦੇ ਹਾਂ ਕਿ ਸਾਡਾ ਨੌਜਵਾਨ ਸ਼ਹੀਦ ਹੋਇਆ ਕਿਉਂ, ਜਿਨ੍ਹਾਂ ਨੇ ਉਹਨੂੰ ਸ਼ਹੀਦ ਕੀਤਾ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ।
ਇਹ ਦਬਾਅ ਸਾਡਾ ਪੰਜਾਬ ਗਵਰਨਮੈਂਟ ਤੇ ਹੈ। ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕਰੇ ਜਿਨ੍ਹਾਂ ਨੇ ਆਹ ਸਾਡੇ ਟਰੈਕਟਰ ਤੋੜੇ ਨੇ, ਜਿਨ੍ਹਾਂ ਨੇ ਸਾਡੇ ਨੌਜਵਾਨ ਨੂੰ ਗੋਲੀ ਮਾਰੀ ਹੈ, ਜਿਨ੍ਹਾਂ ਨੇ ਸਾਡੇ ਜ਼ਖਮੀ ਕੀਤੇ ਨੇ, ਉਹਨਾਂ ਸਾਰਿਆਂ ਦੀ FIR ਦਰਜ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸਾਡੀ ਮੰਗ ਹੈ ਔਰ ਉਹਦੇ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੀ ਜ਼ਰੂਰ ਹੈ ਪੰਜਾਬ ਸਰਕਾਰ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਨਾਲ ਹਾਂ। ਹੁਣ ਆਏਗਾ ਰਿਜ਼ਲਟ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿੰਨੀ ਖੜਦੀ ਹੈ। ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਮੈਂ ਬੇਨਤੀ ਕਰੂੰਗਾ। ਬਸ ਮੈਂ ਤਾਂ ਇਹੀ ਗੱਲ ਕਰਨਾ ਚਾਹਾਂਗਾ ਵੀ ਦੇਖੋ ਇਸ ਵੇਲੇ ਸੋਮਾ ਹੀ ਮਾਹੌਲ ਆ, ਆਪਾਂ ਪੁਤਲਾ ਫੁੱਕਣਾ, ਪ੍ਰੈਸ ਨੇ ਇਹਨੂੰ ਕਵਰੇਜ ਕਰਨੀ ਆ। ਲਗਭਗ ਗੱਲ ਉਹੀ ਮੈਂ ਕਰਨੀ, ਉਹੀ ਡਰੈਲ ਸਾਹਿਬ ਨੇ ਕਰ ਦਿੱਤੀ ਆ ਤੇ ਆਪਾਂ ਪੁਤਲਾ ਫੁੱਕ ਕੇ ਪ੍ਰੈਸ ਨੂੰ ਕਵਰੇਜ ਕਰਾ ਦਈਏ ਇਸ ਢੰਗ ਨਾਲ। ਹੌਲੀ ਹੌਲੀ ਜਗ੍ਹਾ ਖਾਲੀ ਕਰੋ, ਜ਼ਰੂਰੀ ਮੀਟਿੰਗ ਕਰਨੀ ਆ, ਗਾਂ ਸਾਰੇ ਪ੍ਰੋਗਰਾਮ ਲਿਖਣੇ। ਇਸ ਕਰਕੇ ਮੇਰੀ ਬੇਨਤੀ ਆ, ਅਸਲ ਵਿੱਚ ਬੰਦੇ ਤਾਂ 50 ਹੀ ਚਾਹੀਦੇ ਪੁਤਲੇ ਫੁੱਕਣ ਨੂੰ, ਵਾਲੇ ਨੀ, ਖੁੱਲਾ ਜਗ੍ਹਾ ਚਾਹੀਦੀ ਹੈ, ਪ੍ਰੈਸ ਕਵਰੇਜ ਕਰ ਲੈ। ਬਸ ਇਹਦੀ ਹੋਰ ਚ ਨਾ ਆਈਏ ਵੀ ਕੈਮਰਾ ਸਾਡੇ ਵਾਲ ਆ ਜਾਏ, ਕੈਮਰਾ ਸਾਡੇ ਵਾਲ, ਜਾਪਤਾ ਰੱਖ ਲਈਏ, ਬੈਸਟ ਹੋ ਜਾਊ। ਬਾਕੀ ਕੋਈ ਗੱਲ ਅੱਜ ਤੱਕ ਕਿਸਾਨਾਂ ਨੇ ਜੋ ਕੀਤਾ ਕਿਸਾਨਾਂ ਕਰਕੇ ਕਿਸੇ ਨੂੰ ਇੱਕ ਬੰਦੇ ਨੂੰ ਕਦੀ ਕੋਈ ਦਿੱਕਤ ਨਹੀਂ ਆਈ। ਆਪਾਂ ਸਾਰੇ ਬੈਠੇ ਸਾਰੇ ਕਿਸਾਨ ਆ, ਜੋ ਵੀ ਬੰਦਾ, ਇਹ ਨਹੀਂ ਹੁੰਦਾ ਵੀ ਜਿਹੜਾ ਬੰਦਾ ਖੇਤੀ ਕਰਦਾ ਉਹੀ ਕਿਸਾਨ ਏ, ਜੋ ਇਸ ਮੁਲਕ ਦੇ ਵਿੱਚ ਰੋਟੀ ਅੰਨ ਪਾਣੀ ਸਵੇਰ ਤੋਂ ਸ਼ਾਮ ਤੱਕ ਜੋ ਵੀ ਚੀਜ਼ ਯੂਜ਼ ਕਰਦਾ ਉਹ ਹਰ ਇੱਕ ਕਿਸਾਨ ਦੇ ਵਿੱਚ ਹੁੰਦਾ। ਪਰ ਬਜ਼ੁਰਗੋ ਮੇਰੀ ਗੱਲ ਇਹ ਸੀ ਰੱਖਣ ਵਾਲੀ, ਜੋ ਸਾਡੇ ਨਾਲ ਕੱਲ ਇੱਥੇ ਹੋਇਆ, ਜੋ ਸਾਡੇ ਨਾਲ ਇੱਥੇ ਇਹਨਾਂ ਨੇ ਸਾਡਾ ਕਤਲੇਆਮ ਕੀਤਾ, ਸਿਰਫ ਸਾਡੇ ਕੋਲ ਮੌਕੇ ਤੇ ਉਸ ਦਿਨ ਸਾਡੇ ਕੋਲ ਇੱਥੇ ਲੀਡਰ ਨਹੀਂ ਸੀ ਹੈਗਾ, ਸਾਰੇ ਲੀਡਰ ਸਾਰੇ ਲੀਡਰ ਸ਼ੱਭੂ ਬਾਰਡਰ ਦੇ ਉੱਤੇ ਸੀ, ਕਮਾਂਡਰ ਤੋਂ ਬਿਨਾਂ ਜੰਗ ਨਹੀਂ ਲੜੀ ਜਾਂਦੀ। ਸਾਨੂੰ ਮੰਡੀਰ ਕਿਹਾ ਜਾਂਦਾ, ਸਾਨੂੰ ਮੰਡੀਰ ਕਿਹਾ ਜਾਂਦਾ ਜਦੋਂ ਸਾਡੇ ਤੋਂ ਕੰਮ ਲੈਣਾ ਉਦੋਂ ਅਸੀਂ ਯੂਥ ਉਂਝ ਅਸੀਂ ਮੰਡੀਰ। ਬਜ਼ੁਰਗੋ ਅਸੀਂ ਇੱਕ ਮਿੰਟ ਮੇਰੀ ਗੱਲ ਸੁਣੋ, ਅਸੀਂ ਤੁਹਾਡੀ ਦਿਲੋਂ ਇੱਕ ਮਿੰਟ ਬਜ਼ੁਰਗੋ ਇੱਕ ਮਿੰਟ, ਜਿਹੜੇ ਵੱਡੇ ਲੀਡਰ ਨੇ ਪ੍ਰਧਾਨ ਸਾਰੇ ਹੀ ਇੱਥੇ ਸੀ, ਸਾਰੇ ਅੱਜ ਕੱਲ ਆਪਾਂ ਲੀਡਰ ਹੁੰਨੇ ਆ, ਪਰ ਮੇਰੇ ਕਹਿਣ ਦਾ ਮਤਲਬ ਸਮਝੋ, ਸਾਡੇ ਜੋ ਇੱਕ ਵਾਰ ਯਾਰ ਬੋਲ ਲੈਣ ਦੋ ਭਰਾਵੋ, ਜੇ ਨਾ ਚੰਗੀ ਲੱਗੀ ਤੇ ਕੋਈ ਚੱਕਰ ਨੀ, ਛੱਡ ਦਿਓ, ਮੈਂ ਬਹਿ ਜਾਣਾ ਮੇਰਾ ਵੀਰ, ਜੇ ਨਹੀਂ ਚੰਗੀ ਲੱਗਦੀ ਮੈਂ ਛੱਡ ਦਿੰਦਾ ਯਾਰ। ਬਾਈ ਜੀ ਗੱਲ ਇਹ ਵੇਖੋ, ਲੀਡਰ ਹੈ ਸੀ ਸਾਰੇ ਸ਼ੰਭੂ ਬਾਰਡਰ ਦੇ ਉੱਤੇ ਸੀ, ਪਰ ਜੋ ਸਾਡਾ ਵੀਰ ਅੱਜ ਸ਼ਹੀਦ ਹੋ ਗਿਆ, ਜੋ ਸਾਡਾ ਭਰਾ ਅੱਜ ਸ਼ਹੀਦ ਹੋ ਗਿਆ, 1 ਕਰੋੜ ਕਿਸੇ ਦੀ ਜਾਨ ਦੀ ਕੀਮਤ ਨਹੀਂ ਹੋ ਸਕਦੀ ਯਾਰ। ਸਾਡਾ 15 ਸਾਲ ਦਾ ਜਵਾਕ ਸ਼ਹੀਦ ਕਰਤਾ ਸੀ, ਕੀ ਕਰਨਾ ਪੈਸਿਆਂ ਨੂੰ ਉਹਨਾਂ ਦੇ ਘਰ ਦੇ। ਚੋ ਸਾਡੀ ਹਮਦਰਦੀ ਹੈ, ਠੀਕ ਅਸੀਂ ਜਿਤਾਉਂਦੇ ਹਾਂ, ਪਰ ਉਸ ਘਰਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦਾ ਅੱਜ ਚਿਰਾਗ ਬੁੱਝ ਚੁੱਕਾ ਹੈ, ਇੱਕ ਭਰਾ ਸੀ ਉਹ ਹੀ ਨਹੀਂ ਰਿਹਾ ਹੈਗਾ। ਕਿਸੇ ਨੂੰ ਜਦੋਂ ਉੱਪਰ ਬੀਤੀ ਉਹਨੂੰ ਪਤਾ ਲੱਗਦਾ, ਸਾਡੇ ਆ ਕੇ 500 ਮੀਟਰ ਅੰਦਰ ਆ ਕੇ ਸਾਨੂੰ ਉੱਧਰ ਨਹੀਂ ਜਾਣ ਦਿੰਦੇ, 500 ਮੀਟਰ ਆ ਕੇ ਇਹਨਾਂ ਨੇ ਸਾਡੇ ਟਰੈਕਟਰ ਤੋੜੇ, ਸਾਡੇ ਇਹਨਾਂ ਨੇ ਇੱਕ ਇੱਕ ਚੀਜ਼ ਫੜਾ ਕੀਤੀ। ਚਲੋ ਇੱਕ ਮਿੰਟ ਤੁਸੀਂ ਬੋਲੀ, ਸ਼ਾਬਾਸ਼ ਮਿਹਰਬਾਨੀ, ਹੁਣ ਇੱਧਰ ਬਜ਼ੁਰਗੋ ਪਾ ਲਓ ਸਰ, ਤੁਸੀਂ ਸਾਡੇ ਕੈਪਟਨ ਹੋ, ਕੈਪਟਨ ਇੱਕ ਮਿੰਟ ਰੁਕ ਜਾ ਭਾਈ, ਸੁਣੋ ਅਸੀਂ ਮੂਹਰੇ ਲੱਗ ਕੇ
ਸਿੰਘ ਬਾਰਡਰ ਤੇ ਗਏ, ਪਤਾ ਸਾਰਿਆਂ ਨੂੰ ਕਿਉਂਕਿ ਦੋਸਤੋ ਆਗੂ ਮੂਹਰੇ ਲਾ ਕੇ ਗਏ, ਆਗੂ ਜਦੋਂ ਮੂਹਰੇ ਲਾ ਕੇ ਗਏ ਆ ਸਾਰਾ ਕੁਛ ਹੋਇਆ। ਅਸੀਂ ਜਿਸ ਵੀ ਹਾਲਤ ਦੇ ਵਿੱਚ ਸੀ ਸਾਨੂੰ ਹੌਸਪੀਟਲ ਲਿਆਂਦਾ ਗਿਆ, ਅਸੀਂ ਹੌਸਪੀਟਲ ਚੋਂ ਪਏ ਨਹੀਂ। ਜਦੋਂ ਮੈਨੂੰ ਪਤਾ ਲੱਗਿਆ ਕਿ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ, ਉੱਥੇ ਵੀ ਤਾਂ ਆਪਣੇ ਹੌਸਪੀਟਲ ਹੈਗੇ ਆ ਨਾ, ਹੈਗੇ ਆ, ਅਸੀਂ ਉੱਥੇ ਵੀ ਕਿਸੇ ਹੌਸਪੀਟਲ ਤੋਂ ਦਵਾਈ ਲੈ ਕੇ ਬਹਿ ਸਕਦੇ ਸੀ ਨਾ, ਕਿਉਂਕਿ ਦੋਸਤੋ ਨਹੀਂ ਬੈਠੇ। ਇਹ ਸੋਚ ਕੇ ਆਏ ਹਾਂ ਕਿ ਜਿੱਥੇ ਸਾਡਾ ਨੌਜਵਾਨ ਹੈ, ਜਿੱਥੇ ਸਾਡੇ ਜ਼ਖਮੀ ਨੇ, ਅਸੀਂ ਉੱਥੇ ਜਾਵਾਂਗੇ। ਅਸੀਂ ਰਾਤ ਨੂੰ ਉੱਥੇ ਆਏ ਹਾਂ, ਆ ਕੇ ਐਮਰਜੈਂਸੀ ਦੇ ਵਿੱਚ ਦਾਖਲ ਕੀਤਾ, ਅੱਜ ਹੌਸਪੀਟਲ ਦੇ ਵਿੱਚੋਂ ਉੱਠ ਕੇ ਆ ਰਿਹਾ, ਘਰੇ ਨਹੀਂ ਗਿਆ, ਪਿਆ ਨਹੀਂ, ਤੁਹਾਡੇ ਵਿੱਚ ਫਿਰ ਖੜਾ। ਸੋ ਮੇਰੀ ਬੇਨਤੀ ਆ, ਆਪਾਂ ਇੱਕ ਪਰਿਵਾਰ ਹਾਂ, ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਵਾਲ ਵੀ ਵਿੰਗਾ ਹੋਵੇ, ਇਕਬਾਲ ਵੀ ਵਿੰਗਾ ਹੋਵੇ, ਮੈਂ ਨਹੀਂ ਚਾਹੁੰਦਾ। ਮੈਂ ਚਾਹੁੰਦਾ ਕਿ ਤੁਹਾਡੇ ਤੋਂ ਪਹਿਲਾਂ ਸਾਡੀ ਮੌਤ ਹੋ ਜੇ, ਸਾਡੇ ਇੱਕ ਬੱਚੇ ਦਾ ਵਾਲ ਵੀ ਵਿੰਗਾ ਨਾ ਹੋਵੇ। ਜਿਹੜੇ ਤੁਸੀਂ ਇੱਥੇ ਆਏ ਹੋ, ਕਿਸੇ ਵੀ ਜਥੇਬੰਦੀ ਨਾਲ ਆਏ ਹੋ, ਨਹੀਂ ਵੀ ਜਥੇਬੰਦੀ ਨਾਲ ਆਏ ਤਾਂ ਵੀ ਸਾਡੇ ਹੋ, ਤਾਂ ਵੀ ਸਾਡੇ ਹੋ, ਕੀ ਹੋ ਗਿਆ? ਸਾਡੇ ਸਿੱਧੇ ਤੇ ਆਏ ਆ ਨਾ, ਸਾਡੇ ਸਿੱਧੇ ਤੇ ਆਏ ਆ, ਸਾਡਾ ਪਰਿਵਾਰ ਆ, ਸਾਡੇ ਬੱਚੇ ਨੇ। ਕਿਸੇ ਵੀ ਬੱਚੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਲੜਕਾ, ਕੋਈ ਵੀ ਬੱਚਾ ਕਿਸੇ ਦਾ ਨੁਕਸਾਨ ਹੋਵੇ। ਨੋਟ ਕਰਿਓ, ਮੈਂ ਗੱਲ ਦੱਸਣੀ ਚਾਹੁੰਦਾ ਇੱਕ ਮਿੰਟ ਯਾਰ ਬ੍ਰਦਰ, ਇੱਕ ਮਿੰਟ ਤੋਂ ਮੈਂ ਸਾਰੀਆਂ ਗੱਲਾਂ ਦੇ ਜਵਾਬ ਦੇਵਾਂਗਾ। ਮੈਂ ਆਇਆ ਇੱਥੇ ਇੱਕ ਗੱਲ ਦਾ ਜਵਾਬ ਦੇ ਕੇ ਜਾਵਾਂਗਾ। ਅਸੀਂ ਅੱਜ ਉੱਥੇ ਮੁੰਡੇ ਦਾ ਸੰਸਕਾਰ ਕਾਹਦੇ ਲਈ ਨਹੀਂ ਕੀਤਾ? ਸਿਰਫ ਇਸ ਕਰਕੇ ਨਹੀਂ ਕੀਤਾ ਕਿ ਜਿਹੜਾ ਇੱਥੇ ਘਟਨਾ ਵਾਪਰੀ ਹੈ ਉਹਦੀ ਕਾਰਵਾਈ ਹੋਵੇ ਪਹਿਲਾਂ, ਸਮਝਾਈ ਗੱਲ ਦੀ। ਸੋ ਜਿਹੜੀ ਮੈਂ ਗੱਲ ਕਰਦਾ ਸੀ, ਤੁਸੀਂ ਸਾਡੇ ਬਹੁਤ ਸਾਰੇ ਨੌਜਵਾਨ ਉਸ ਮੋਰਚੇ ਦੇ ਵਿੱਚ ਬਹੁਤ ਸਾਰੇ ਵੀਰ ਸ਼ਹੀਦ ਹੋਏ, ਦਿੱਲੀ ਵਾਲੇ ਮੋਰਚੇ ਚ ਲਗਭਗ 800 ਦੇ ਕਰੀਬ ਲੜਾਈ ਲੜੀ, ਅੱਜ ਵੀ ਜਾਰੀ ਹੈ। ਉਹਨਾਂ ਨੂੰ ਨੌਕਰੀਆਂ ਦਵਾਉਣ ਦੀ, ਉਹਨਾਂ ਦੀ ਆਰਥਿਕ ਮਦਦ ਕਰਾਉਣ ਦੀ, ਅਸੀਂ ਇਹ ਸੋਚ ਕੇ ਨਹੀਂ ਕਰਿਆ ਜਾ ਕੇ ਫਰੀਦਕੋਟ ਜ਼ਿਲ੍ਹੇ ਤੋਂ ਪੜਤਾਲ ਕਰ ਲਿਓ, ਟਹਿਣਾ ਟੀ ਪੁਆਇੰਟ ਦੇ ਉੱਤੇ ਮਰਨ ਵਰਤ ਤੇ ਬਹਿ ਕੇ ਸਾਰੇ ਮੁੰਡਿਆਂ ਨੂੰ ਪੈਸੇ ਦਵਾਏ ਨੇ। ਇਹ ਗੱਲ ਆਈ ਸੁਣਿਓ, ਪ੍ਰਸ਼ਾਸਨ ਨੇ ਗੱਲ ਕਹੀ, ਸੁਣੋ ਧਿਆਨ ਨਾਲ ਨੌਜਵਾਨੋ, ਠੀਕ ਹੈ? ਤੁਹਾਡਾ ਗੁੱਸਾ ਸਾਡੇ ਤੇ ਜਾਇਜ਼ ਹੈ, ਅਸੀਂ ਮੰਨਦੇ ਹਾਂ, ਅਸੀਂ 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 ਬਜ਼ੁਰਗ ਹੋ ਗਏ, ਤੁਸੀਂ ਗੱਭਰੂ ਹੋ, ਇੱਕ ਨੌਜਵਾਨ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰਾ ਬਲਾਕ ਦਾ ਪਿੰਡ ਹੈ, ਉਹ ਕਿਹੜੀ ਜਥੇਬੰਦੀ ਦਾ ਹੈ? ਕਿਰਤੀ ਕਿਸਾਨ ਯੂਨੀਅਨ ਦਾ, ਅੱਜ ਤੁਹਾਡੇ ਵਿੱਚ ਹੈ ਨਹੀਂ ਨਾ, ਕਿਰਤੀ ਕਿਸਾਨ ਯੂਨੀਅਨ ਦਾ ਨੌਜਵਾਨ ਹੈ। ਉਹਦੀ ਰਿਪੋਰਟ ਇਹਦੇ ਭੇਜਤੀ ਕਿ ਇਹਦੇ ਤਾਂ ਟੈਲੀਫੋਨ ਰਿਕਾਰਡ ਦੱਸਦਾ ਇਹ ਤਾਂ ਗੈਂਗਸਟਰਾਂ ਨਾਲ ਸੰਬੰਧ ਸੀ, ਉਹਦੇ ਪੈਸੇ ਨਹੀਂ ਦਿੰਦੇ ਸੀ, ਇਹ ਕਿਹਾ ਵੀ ਆ ਬੈਠੇ ਆ, ਜਿੱਦਾਂ ਇਹਦੇ ਗੈਂਗਸਟਰਾਂ ਨਾਲ ਸੰਬੰਧ ਸੀ ਉਹਦੇ ਫੜ ਲੈਂਦੇ ਨੂੰ, ਉਹਦੇ ਤੁਹਾਡੇ ਪੈਰ ਨਹੀਂ ਵਧੇ ਇਹਨਾਂ ਕੰਨੀ? ਅੱਜ ਜੇ ਸਾਡਾ ਸ਼ਹੀਦ ਹੋ ਗਿਆ, ਅੱਜ ਸਾਡਾ ਹੈ,
ਸਾਡੇ ਮੋਰਚੇ ਦਾ ਸ਼ਹੀਦ ਆ, ਇਹ ਕਹਿ ਕੇ ਉਹਦੇ ਪਰਿਵਾਰ ਨੂੰ ਪੈਸੇ ਦਵਾ ਕੇ ਆਏ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ, ਠੀਕ ਹੈ ਤੁਸੀਂ ਸਾਰੇ ਮੈਨੂੰ ਐਂ ਦੱਸੋ ਸਾਨੂੰ ਅਸੀਂ ਕਿੰਨਾ ਚਿਰ ਆਗੂ ਰਹਾਂਗੇ, ਮੈਂ ਕਿੰਨਾ ਚਿਰ ਰਹੂੰਗਾ, ਸੁਰਜੀਤ ਕਿੰਨਾ ਚਿਰ ਰਹੂਗਾ, ਬੁੜਾਇਆ ਹੋਇਆ ਪਿਆ, ਬੁੜਾ ਮੈਂ ਹੋਇਆ ਪਿਆ, ਉਹ ਅਸੀਂ ਤਾਂ ਤੁਹਾਡੇ ਵਿੱਚੋਂ ਆਗੂ ਭਾਲਦੇ ਫਿਰਦੇ ਹਾਂ। ਇੱਕ ਮਿੰਟ ਵੀਰ ਜੀ ਬੋਲਿਓ, ਅਸੀਂ ਤਾਂ ਤੁਹਾਡੇ ਵਿੱਚੋਂ ਆਗੂ ਭਾਲਦੇ ਫਿਰਦੇ, ਆਗੂ ਬਣਨ। ਅੱਜ ਆ ਜਿਹੜੀਆਂ ਲੜਾਈਆਂ ਲੜੀਆਂ ਜਾ ਰਹੀਆਂ ਨੇ, ਇਹ ਟੈਕਟਸ ਸਿੱਖੋ, ਦਾਅਵੇ ਸਿੱਖੋ, ਕਿਵੇਂ ਲੜਾਈ ਲੜਨੀ ਹੈ ਤੇ ਕਿਵੇਂ ਲੜਾਈ ਜਿੱਤਣੀ ਹੈ। ਇਸ ਤਰੀਕੇ ਦੇ ਨਾਲ ਇਹ ਤਾਂ ਤੁਹਾਡੇ ਵਾਸਤੇ ਦੂਰੀ ਵਾਰੀ ਸਾਡੇ ਯੂਥ ਨੂੰ ਮੌਕਾ ਮਿਲਿਆ, ਸਾਡੇ ਯੂਥ ਨੂੰ ਟ੍ਰੇਨਿੰਗ ਲੈਣ ਦਾ ਦੂਰੀ ਵਾਰੀ ਮੌਕਾ ਮਿਲਿਆ। ਇਸ ਗੱਲ ਦੇ ਉੱਤੇ ਸਾਡਾ ਯੂਥ, ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ, ਅਸੀਂ ਆਓ ਆਗੂ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੈਂ ਅਸੀਂ ਕੋਸ਼ਿਸ਼ ਕਰ ਰਹੇ ਕਿ ਹਰ ਇਲਾਕੇ ਚ ਯੂਥ ਆਵੇ ਅੱਗੇ ਮੈਦਾਨ ਚ, ਅਸੀਂ ਉਹਨਾਂ ਦੀਆਂ ਟੀਮਾਂ ਬਣਾ ਰਹੇ ਹਾਂ। ਉਹ ਮੁੰਡਾ ਖੜਾ ਹੈ, ਬਿਲਕੁਲ ਨੌਜਵਾਨ ਹੈ, ਇੱਥੇ ਤੁਹਾਨੂੰ ਕਿੰਨੇ ਮੁੰਡੇ ਵਿਖਾ ਸਕਦਾ ਮੈਂ ਜਿਨ੍ਹਾਂ ਨੂੰ ਚੱਕ ਚੱਕ ਕੇ ਅਸੀਂ ਲੀਡਰ ਬਣਾ ਕੇ ਰੱਖਿਆ ਵਾ। ਸਾਡੇ ਹੀ ਤੁਸੀਂ ਹੋ, ਤੁਹਾਨੂੰ ਵੀ ਅਸੀਂ ਇਸ ਥਾਂ ਤੇ ਲਿਆਉਣਾ ਚਾਹੁੰਦੇ ਹਾਂ। ਪਰ ਦੋਸਤੋ, ਕਿਸਾਨੀ ਬਚਾਉਣੀ ਆ, ਬਚਾਉਣੀ ਆ ਕਿ ਨਹੀਂ ਬਚਾਉਣੀ, ਬਚਾਉਣੀ ਆ ਨਾ, ਜੇ ਬਚਾਉਣੀ ਆ ਤਾਂ ਕਿਸਾਨ ਜਥੇਬੰਦੀ ਬਚਾਉਣੀ ਪਏਗੀ, ਤੇ ਜੇ ਕਿਸਾਨ ਜਥੇਬੰਦੀ ਬਚਾਉਣੀ ਆ ਤੇ ਲੀਡਰ ਬਣ ਕੇ ਉੱਭਰਨਾ ਪਏਗਾ। ਬੱਚਿਆਂ ਦੀਆਂ ਗੱਲਾਂ ਛੱਡ ਗਏ, ਇਹ ਠੀਕ ਹੈ, ਮੈਂ ਜਾਣਦਾ, ਮੈਂ ਜਦੋਂ ਦਾ ਜਥੇਬੰਦੀ ਚ ਕੰਮ, ਮੈਂ ਦੋ ਮਿੰਟ ਗੱਲ ਕਰਦਾ, ਹਾਂ ਮੀਟਿੰਗ ਕਰਨੀ ਹੈ, ਚਲੋ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ ਉਹ ਸੁਣ ਲਓ ਧਿਆਨ ਨਾਲ। ਮੈਂ ਜਦੋਂ ਤੋਂ ਜਥੇਬੰਦੀ ਚ ਕੰਮ ਕਰਨ ਲੱਗਿਆ, ਮੈਂ ਕਾਲਜ ਦੇ ਵਿੱਚ ਪੜ੍ਹਦੇ ਤੋਂ ਲੈ ਕੇ ਜਥੇਬੰਦੀ ਚ ਪੁੱਤਰੋਂ ਕੰਮ ਕਰਦਾ, 40 ਸਾਲ ਹੋ ਗਏ ਇਹ ਕਰਦਿਆਂ ਨੂੰ। ਪਤਾ ਨੀ ਕਿੰਨੀ ਵਾਰੀ ਲਾਠੀਚਾਰਜ ਹੋ ਗਏ, ਪਤਾ ਨੀ ਕਿੰਨੀ ਵਾਰੀ ਸਾਡੇ ਤੇ ਅਥਰੂ ਗੈਸ ਦੇ ਗੋਲੇ ਚੱਲ ਗਏ, ਪਤਾ ਨੀ ਕਿੰਨੀ ਵਾਰੀ ਜੇਲ੍ਹਾਂ ਚਲੇ ਗਏ ਸੀ। ਲੇਕਿਨ ਬਹੁਤ ਸਾਰੀਆਂ ਜੇ ਮੈਂ ਉਹ ਗੱਲਾਂ ਕਰਨ ਲੱਗਾ, ਤੁਹਾਨੂੰ ਗਿਣਾਉਣ ਲੱਗਾ, ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਖਾਤਰ, ਤੁਹਾਡੀ ਜ਼ਮੀਨ ਬਚਾਉਣ ਦੀ ਖਾਤਰ, ਤੁਹਾਨੂੰ ਚਾਹੁੰਦਿਆਂ ਰੱਖਣ ਦੀ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਸੀ, ਤਿਆਰ ਹਾਂ, ਤਿਆਰ ਰਹਾਂਗੇ। ਲੇਕਿਨ ਅਸੀਂ ਸੋ ਮੇਰੀ ਇੰਨੀ ਕੁ ਬੇਨਤੀ ਆ ਅਭਿਮੰਨੂ, ਚਲੋ ਬੱਚੇ ਨੇ ਆ ਜਾਣਗੇ, ਆ ਜਾਣਗੇ, ਹਾਂ ਤੁਸੀਂ ਬੋਲਦੇ ਨੀ ਗੱਲ ਆ ਜਾ ਮਹਾਂ, ਚਲੋ ਇੱਕ ਮਿੰਟ, ਗੱਲ ਬਹੁਤ ਵਧੀਆ ਕੀਤੀ ਆ, ਗੱਲ ਬਹੁਤ ਵਧੀਆ ਕੀਤੀ ਆ, ਹੁਣ ਸੁਣੋ ਮੈਂ ਵੀ ਗੱਲ ਦੱਸ ਦਿੰਦਾ ਜਿਵੇਂ ਗੱਲ ਕੀਤੀ ਆ ਨਾ ਜਗਪਾਲ ਨੇ, ਇਹ ਸਾਡੇ ਮਾਨਸਾ ਜ਼ਿਲ੍ਹੇ ਦੇ ਆਗੂ ਨੇ ਗੱਲ ਬੜੀ ਟੌਪ ਦੀ ਕੀਤੀ ਹੈ, ਬੜੀ ਕਮਾਲ ਦੀ ਗੱਲ ਕੀਤੀ ਹੈ। ਮੈਂ ਤੁਹਾਨੂੰ ਪੜ੍ਹੇ ਲਿਖੇ ਮੁੰਡੇ ਹੋ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਕਿੰਨਿਆਂ ਮੁੰਡਿਆਂ ਨੇ ਪੜ੍ਹ ਲਈ, ਪੜ੍ਹੀ ਕਿਸੇ ਨੇ? ਨਹੀਂ ਪੜ੍ਹੀ ਨਾ, ਸੁਣ ਨਹੀਂ ਪੜ੍ਹੀ ਗਈ ਨਾ ਯਾਰ, ਸਾਡੇ ਵਾਸਤੇ ਤਾਂ ਜੀਵਨ ਦਾਤੀ ਆ, ਉਹ ਤਾਂ ਪੜ੍ਹ ਲਓ। ਗੈਟ ਕਿਸੇ ਨੇ ਪੜ੍ਹਿਆ ਤੁਹਾਡੇ ਚੋਂ? ਕਿਉਂ ਨੌਜਵਾਨ ਨਹੀਂ ਪੜ੍ਹਿਆ? ਗੈਟ ਸਾਡੀ ਮੌਤ ਹੈ, ਉਹ ਤਾਂ ਪੜ੍ਹ ਲਓ। ਤੁਹਾਨੂੰ ਆਪਣੇ ਆਪ ਤੁਹਾਡੀ ਸਮਝ ਦਾ ਲੈਵਲ ਇੰਨਾ ਉੱਚਾ ਚਲਿਆ ਜਾਏਗਾ, ਤੁਹਾਨੂੰ ਆਪਣੇ ਆਪ ਸਾਰੀ ਕਹਾਣੀ ਸਮਝ ਆ ਜੂਗੀ ਕਿ ਸਾਡੀ ਪੁੱਤਰੋਂ ਲੜਾਈ ਕਿੱਥੇ ਆ। ਸੋ ਇਸ ਕਰਕੇ ਬਹੁਤ ਤਕੜੀ ਗੱਲ ਕੀਤੀ ਹੈ ਜਗਪਾਲ ਨੇ, ਇਹ ਦੋ ਚੀਜ਼ਾਂ ਪੜ੍ਹ ਲਓ ਮੇਰੇ ਸ਼ੇਰ, ਮੇਰੀ ਗੱਲ ਨਾਲ ਸਹਿਮਤ ਹੋ? ਗੈਟ ਤੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਪੜ੍ਹ ਲਿਓ,
ਤੁਸੀਂ ਸਮਝ ਲਿਓ ਲੜਾਈ ਲੜਨ ਵਾਸਤੇ ਵੀ ਤਿਆਰ ਹੋ ਜਾਓਗੇ ਤੇ ਲੜਾਈ ਲੜਨ ਦਾ ਤਰੀਕਾ ਵੀ ਸਿੱਖੋਗੇ। ਠੀਕ ਹੈ, ਸੋ ਕੋਈ ਗੱਲ ਨੀ, ਅਸੀਂ ਤੁਹਾਡੇ ਹਾਂ ਪੁੱਤਰੋ, ਤੁਸੀਂ ਸਾਡੇ ਹੋ। ਅਸੀਂ ਜਦੋਂ ਤੁਹਾਡੇ ਕਿਸੇ ਦੇ ਮਾੜੀ ਜਿਹੀ ਚੋਟ ਦਾ ਯਕੀਨ ਕਰਿਓ ਮਨ ਰੋਂਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਮੇਰੇ ਸੱਦਿਆ ਸਾਡਾ ਸੱਦਿਆ ਕੋਈ ਬੱਚਾ ਉਹਦੇ ਚੋਟ ਆਵੇ। ਬਾਪੂ ਜੀ ਬੜੀ ਨਾ ਮਨ ਨੂੰ ਇਹ ਗਦੋਂ ਪਤਾ, ਜਦੋਂ ਤੁਹਾਡੀ ਗੱਲ ਜੈ, ਤੁਸੀਂ ਤੁਹਾਡਾ ਐਕਸਪੀਰੀਅੰਸ ਬੜਾ ਵੱਡਾ ਹੈ, ਪਰ ਇੱਕ ਸੁਣਿਓ ਗੱਲ, ਬੰਦੇ ਨੂੰ ਬੋਰੀ ਚ ਪਾ ਕੇ ਚੁੱਕ ਕੇ ਲੈ ਕੇ ਨਾ ਸੂਆ ਮਾਰ ਮਾਰ ਕੇ, ਇਹ ਤਾਂ ਹਿਟਲਰ ਨੇ ਵੀ ਇਹ ਕੰਮ ਨਹੀਂ ਕੀਤਾ, ਇਹ ਸ਼ਾਸਨ ਕਰਦਾ। ਬਹੁਤ ਵਧੀਆ ਗੱਲ ਕੀਤੀ ਹੈ, ਇਹ ਹਿਟਲਰ ਨੇ ਨੀ। ਸੁਣੋ ਮੇਰੀ ਗੱਲ, ਤੁਸੀਂ ਅਸੀਂ ਮਰਨ ਵਾਸਤੇ, ਮੰਨ ਲਓ ਜੋ ਅਸੀਂ ਮਰਨ ਵਾਸਤੇ ਤੁਹਾਡੇ ਨਾਲ ਖੜੇ ਆ, ਹੌਸਪੀਟਲ ਦੇ ਵਿਚ ਉੱਠੇ ਆ। ਪਹਿਲੀ ਤਾਂ ਗੱਲ ਆ, ਮੇਰਾ ਖਿਆਲ ਅੱਧਾ ਕਿਲੋਮੀਟਰ ਤੁਹਾਡਾ ਚੁੱਕ ਆਏ ਇੱਥੇ। ਪੀਸੀ ਚ ਬੋਲ ਕੇ ਕੀ ਆਇਆ ਮੈਂ? ਆਪਾਂ ਗੱਲ ਸੁਣ ਮੇਰੀ ਰਾਜੇ, ਇਹਦੇ ਸੁਣ, ਮੈਂ ਆਪਾਂ ਪੁਤਲਾ ਪੁੱਟੀਏ, ਮੈਂ ਤੁਹਾਡੇ ਨਾਲ ਘੰਟਾ ਡੇਢ ਘੰਟਾ ਦੋ ਘੰਟੇ ਚਾਰ ਘੰਟੇ ਮੈਂ ਬੈਠੂਗਾ। ਆਹੀ ਗੱਲ ਹੈ, ਸੁਣੋ। ਹਾਂ ਚਲੋ, ਇੱਕ ਮਿੰਟ ਜੀ ਠਹਿਰਿਓ। ਆਹ ਗੱਲ ਹੈ, ਚਲੋ ਮੇਰੀ ਬੇਨਤੀ ਆ, ਆਹ ਮਾੜੀ ਜੀ ਲੈਣ ਡਾਊਨ ਕਰਿਓ, ਥੋੜੀ ਜੀ ਜਗ੍ਹਾ ਦੇ ਕੇ ਨਾ, ਥੋੜੀ ਜੀ ਜਗ੍ਹਾ ਦੇ ਕੇ ਪੁਤਲਾ ਫਕਾਇਓ ਤੇਰਾ ਇੱਕ ਵਾਰੀ, ਥੋੜੇ ਜੇ ਦੂਰ ਹੋ ਜਾਓ, ਆਪਾਂ ਬਹਿ ਕੇ ਗੱਲ ਕਰਦੇ ਆ, ਮੈਂ ਤੁਹਾਡੇ ਵਿੱਚ ਪਹਿਲਾਂ ਜਾ ਰਿਹਾ। ਠੀਕ ਹੈ।